बता दें, पटियाला के हल्का नाभा में पुलिस पार्टी प्रभारी गलवट्टी हरविंदर सिंह ने अपनी टीम द्वारा कुलविंदर सिंह, अमनप्रीत सिंह, गुरपिंदर सिंह ने नाभा मरेल कोटाला रोड सुआ पुली के पास संबंधित वाहनों की जांच के लिए नाका लगाया हुआ था। चेक इन के दौरान एक होंडा सिटी सफेद रंग की कार नंबर HR26CT5375 को रोका गया और चेक इन के दौरान उस कार से 1200 नशीली गोलियां, ट्रामा डॉल, 300 नशीली गोलियां, अन्य राज लिम्प, 7 लाख ड्रम, मनी कैश एवं मोबाइल टाइप दवा तोलने वाला कांटा बरामद हुआ। गहराई से पूछताछ करने पर कार चालक ने अपना नाम हनीश वर्मा उफ्र जिम्मी पुत्र रतनलाल निवासी मकान नंबर 360 हीरा एंकले पुड़ा नाभा बताया। पूछताछ में हरीश वर्मा ने बताया कि वह पिछले 1.5 साल से पंजाबी बाग में कल्ब 34 के नाम से जिम चला रहा है। उसके खिलाफ पहले भी 2019 में थाना कुतवाली नाभा में मामला दर्ज है और उसके पास से 256 नशीली गोलियां और 256 नशे के इंजेक्शन बरामद हुए। ਮਾਲਕ ਜਿਹੜਾ ਇਹ ਧੰਦਾ ਕਰਦਾ ਰਿਹਾ ਸੀ। ਹਾਂ, ਜਿੱਦਾਂ ਤੁਹਾਨੂੰ ਨੋਟਸ ਦੱਸਿਆ ਵੀ ਮਾਨਯੋਗ ਅਰੁਣ ਸ਼ਰਮਾ ਜੀ IPS SFP ਪਟਿਆਲਾ ਸਾਹਿਬ ਜਿਹੜੀਆਂ ਸਖ਼ਤ ਹਦਾਇਤਾਂ ਨੇ ਜੋ ਕਿ ਅਸੀਂ ਕੰਟੀਨਿਊ ਨਸ਼ੇ ਦੇ ਖਿਲਾਫ਼ ਜਿਹੜੀ ਮੁਹਿੰਮ ਚਲਾ ਰੱਖੀ ਆ, ਜਿਸ ਦੇ ਲੜੀ ਦੇ ਵਿੱਚ ਕੱਲ੍ਹ ਅਸੀਂ ਸਾਹਿਬ ਜੀ ਨਾਭਾ ਦੇ ਸਦਰ ਥਾਣਾ ਦੇ SHO ਮਨਪ੍ਰੀਤ ਸਿੰਘ ਪਿੰਡ ਅਤੇ ਚੌਂਕੀ ਇੰਚਾਰਜ ਗਲੋਟੀ ਹਰਵਿੰਦਰ ਸਿੰਘ ਅਤੇ ਇਹਨਾਂ ਦੀ ਜਿਹੜੀ ਟੀਮ ਆ ਉਹਨਾਂ ਨੇ ਇੱਕ ਜਿਹੜਾ ਕਾਫ਼ੀ ਬਦਨਾਮ ਸਮਗਲਰ ਸੀ ਉਸਨੂੰ ਅਰੈਸਟ ਕੀਤਾ। ਜੋ ਇਹਨਾਂ ਨੇ ਸ਼ਾਮ ਨੂੰ ਉੱਥੇ ਕਰੀਬ ਨਾਕਾਬੰਦੀ ਕੀਤੀ ਸੀ ਉੱਥੇ ਗੁਰਵੱਟੀ ਸੂਆ ਪੁਲ 'ਤੇ, ਤਾਂ ਉੱਥੋਂ ਇਹਨਾਂ ਨੇ ਇੱਕ ਕਾਰ ਹੋਂਡਾ ਸਿਟੀ ਜਿਹਦੇ ਵਿੱਚ ਇੱਕ ਨੌਜਵਾਨ ਸੀ ਉਹਨੂੰ ਰੋਕਿਆ ਅਤੇ ਰੋਕਣ 'ਤੇ ਉਹਦੀ ਤਲਾਸ਼ੀ ਲਈ ਉਹਦੀ ਸ਼ਨਾਖਤ ਕੀਤੀ ਗਈ ਤਾਂ ਉਹ ਹਨੀਸ਼ ਵਰਮਾ ਉਰਫ ਜਿੰਮੀ ਵਾਸੀ ਨਾਭਾ ਤਸਦੀਕ ਹੋਇਆ। ਉਹਦੀ ਤਲਾਸ਼ੀ ਕਰਦੇ ਉਪਰੰਤ ਉਸ ਤੋਂ ਤਕਰੀਬਨ 4200 ਗੋਲੀਆਂ ਨਸ਼ੀਲੀਆਂ ਅਤੇ 100 ਗ੍ਰਾਮ ਹੈਰੋਇਨ ਉਸ ਤੋਂ ਬਰਾਮਦ ਹੋਈ ਜਿਹਨੂੰ ਚਿੱਟਾ ਕਰਦੇ ਹਾਂ ਅਤੇ ਤਕਰੀਬਨ 7 ਲੱਖ ਰੁਪਇਆ ਜਿਹੜਾ ਡਰੱਗ ਮਨੀ ਜੋ ਉਹ ਵੇਚ ਕੇ ਕਿਤੋਂ ਆਇਆ ਸੀਗਾ ਉਸ ਤੋਂ ਬਰਾਮਦ ਹੋਇਆ। ਕਿੰਨੇ ਟਾਈਮ ਤੋਂ ਕਰ ਰਿਹਾ ਸੀਗਾ ਜੀ ਇਹ? ਸਾਲ ਸਵਾ ਸਾਲ ਪਹਿਲਾਂ ਵੀ ਮਤਲਬ ਹੁਣ ਜੇਲ੍ਹ ਤੋਂ ਆਇਆ ਸੀਗਾ, ਪਹਿਲਾਂ ਵੀ ਇਹਦੇ ਖਿਲਾਫ਼ ਜਿਹੜਾ ਕਤਵਾਲੀ ਨਾਭਾ ਵਿਖੇ NDPS ਦੀ ਪਰਚਾ ਦਰਜ ਹੈਗਾ ਅਤੇ ਹੁਣ ਇਹ ਸਾਲ ਤੋਂ ਜਮਾਨਤ 'ਤੇ ਆ ਕੇ ਅਤੇ ਕੇਸ ਅਜੇ ਚੱਲਦਾ ਅੰਡਰ ਟ੍ਰਾਇਲ ਹੈ। ਇਹਨੇ ਜਮਾਨਤ ਤੋਂ ਆ ਕੇ ਇਹਨੇ ਹੁਣ ਇੱਥੇ 340 ਕਲੱਬ ਨਾਂ ਦਾ ਜਿੰਮ ਖੋਲ੍ਹਿਆ ਸੀ ਜਿਸ 'ਤੇ ਕਾਫ਼ੀ 35-40 ਲੱਖ ਰੁਪਏ ਨੇ ਲਾਇਆ ਵਾ ਅਤੇ ਸਾਨੂੰ ਇਹ ਵੀ ਹੁਣ ਇਨਫੋਰਮੇਸ਼ਨ ਮਿਲੀ ਆ ਵੀ ਜਿੰਮ ਦੇ ਵਿੱਚ ਜਿਹੜਾ ਹੈਗਾ ਇਹ ਉੱਥੇ ਇੱਦਾਂ ਦਾ ਨਸ਼ੀਲੇ ਦਾ ਕੰਮ ਕਰਦਾ ਸੀਗਾ। ਹੁਣ ਤਫਤੀਸ਼ ਜਾਰੀ ਆ। ਜਿੰਮ ਨਾਭੇ ਖੋਲ੍ਹਿਆ ਹੋਇਆ ਜੀ? ਹਾਂਜੀ, ਜਿੰਮ ਇਹਨਾਂ ਨੇ ਨਾਭੇ ਖੋਲ੍ਹਿਆ ਸ਼ਹਿਰ ਦੇ ਵਿੱਚ ਰੈਂਟ 'ਤੇ ਲਿਆ ਹੈ ਅਤੇ ਬਾਕੀ ਅੱਗੇ ਤਫਤੀਸ਼ ਜਾਰੀ ਆ ਅਤੇ ਇਹਦੇ ਵਿੱਚ ਮੇਨ ਇਹ ਆ ਵੀ ਇਹ ਬਦਨਾਮ ਸਮਗਲਰ ਜਿਹੜਾ ਹੈਗਾ ਇਹਦਾ ਭਾਈ ਵੀ ਇੱਕ ਰਜੀਵ ਹੈ ਜੋ ਆਲਰੇਡੀ ਉਸ 'ਤੇ 3 ਪਰਚੇ NDPS ਨੇ ਅਤੇ ਉਹ ਅੱਜ ਪਤਾ ਕਰਾਇਆ ਵੀ ਉਹ ਕਰਨਾਲ ਜੇਲ੍ਹ ਦੇ ਵਿੱਚ ਬੰਦ ਆ ਉਹ NDPS ਜੇਲ੍ਹ। ਕਿਹੜੀ ਕਿਹੜੀ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ? NDPS ਇਹਦੇ 'ਤੇ ਲਾਈ ਹੈ ਫਿਲਹਾਲ, ਬਾਕੀ ਜੋ 81-85 ਉਹ ਵੀ ਲਾਈ ਨਾਲ ਲਾਈ ਆ ਅਤੇ ਮੇਨ ਗੱਲ ਇਹ ਹੈ ਜੋ ਇਸਨੇ ਹੁਣ ਅਸੀਂ ਜਿਹੜਾ ਸਾਡਾ ਸਰਕਾਰ ਵੱਲੋਂ ਅਤੇ ਮੰਨ ਲਓ SHO ਸਾਹਿਬ ਵੱਲੋਂ ਚੱਲ ਰਿਹਾ ਇਹਦੀ ਅਸੀਂ ਪ੍ਰੋਪਰਟੀ ਵੀ ਤਕਰੀਬਨ ਸਾਰੀ ਫਰੀਜ਼ ਕਰਾਵਾਂਗੇ। ਜੋ ਹੁਣ ਅਸੀਂ ਪਤਾ ਲੱਗਿਆ ਇਹਦੇ ਨਾਲ ਕੋਠੀ ਹੈ, ਪਲਾਟ ਹੈ, ਜਿੰਮ 'ਤੇ ਵੀ ਨੇ 35-40 ਲੱਖ ਰੁਪਏ ਲਾਇਆ, ਉਹ ਜੋ ਸਾਡਾ ਪ੍ਰੋਸੈਸ ਹੈ ਉਹ ਵੀ SHO ਸਾਹਿਬ ਨੇ ਸ਼ੁਰੂ ਕਰ ਦਿੱਤਾ ਹੈ। ਹੋਰ ਨਾਭਾ ਪੁਲਿਸ ਵੱਲੋਂ ਕਿਹੜੀਆਂ ਕਾਰਵਾਈਆਂ? ਜਿੱਦਾਂ ਤੁਹਾਨੂੰ ਪਤਾ ਵੀ ਨਾਭਾ ਪੁਲਿਸ ਕੰਟੀਨਿਊ ਸਮਗਲਰਾਂ ਦੇ ਖਿਲਾਫ਼ ਕਿਉਂਕਿ ਸਾਡੇ ਸੀਨੀਅਰ ਅਫਸਰ ਨੇ ਸਖ਼ਤ ਹਦਾਇਤਾਂ ਵੀ ਜਿਹੜਾ ਨਸ਼ਾ ਮੁਕਤ ਅਸੀਂ ਆਪਣਾ ਇਲਾਕਾ ਬਣਾਉਣਾ ਅਤੇ ਅਸੀਂ ਤੁਹਾਨੂੰ ਵੀ ਪਤਾ ਵੀ ਅਸੀਂ ਕੰਟੀਨਿਊ ਨਸ਼ੇ 'ਤੇ ਬਹੁਤ ਖਰਾਬ ਚੱਲਦੇ ਹਾਂ। ਇਹਦੀ ਵੀ ਸਾਨੂੰ ਇਨਫੋਰਮੇਸ਼ਨ ਮੁੱਖ ਵਗੈਰਾ ਅਸੀਂ ਲਾਏ ਸੀਗੇ ਅਤੇ ਇਹ ਸਾਡੇ ਮਤਲਬ ਧਿਆਨ ਜਦੋਂ ਆਇਆ ਵੀ ਇਹ ਦੇਖੋ ਕਿੱਡੀ ਮਾੜੀ ਗੱਲ ਆ ਵੀ ਇੱਕ ਜਿੰਮ ਦੇ ਵਿੱਚ ਜਿੰਮ ਦਾ ਮਾਲਕ ਜਿਸਦਾ ਇੱਕ ਮੁੱਢਲਾ ਇੱਕ ਡਿਊਟੀ ਇਹ ਬਣਦੀ ਆ ਵੀ ਉਹ
ਮੁੰਡੇ ਕੁੜੀਆਂ ਦੀ ਸਿਹਤ ਬਣਾਵੇ ਤਾਂ ਜੋ ਨੌਜਵਾਨੀ ਨਸ਼ੇ ਤੋਂ ਪਰਾਂ ਹੋਵੇ, ਪਰ ਇਸਨੇ ਨਵਾਂ ਦੇਖੋ ਉਹੀ ਕਹਿੰਦੇ ਨਹੀਂ ਹੁੰਦੇ ਵੀ ਖੂਨ ਦੇ ਵਿੱਚ ਨਹੀਂ ਗਿਆ, ਪਹਿਲਾਂ ਵੀ ਇਹ ਜੇਲ੍ਹ ਵਿੱਚੋਂ ਆ ਕੇ ਅਤੇ ਇਹਨੇ ਆਪਣਾ ਕਿਸੇ ਨਸ਼ਿਆਂ ਦਾ ਕੰਮ ਸ਼ੁਰੂ ਕੀਤਾ। ਸੋ ਸਾਡੀ ਨਾਭਾ ਪੁਲਿਸ ਨੇ, ਸਦਰ ਪੁਲਿਸ ਨੇ ਵਧਾਈ ਦੇ ਪਾਤਰ ਆ ਵੀ ਜਿਹਨੇ ਹੋਰ ਇਹ ਨੁਕਸਾਨ ਹੋਣ ਤੋਂ ਨਾਭਾ ਵਾਸੀ ਜਾਂ ਇਲਾਕੇ ਦੇ ਨੌਜਵਾਨ ਮੁੰਡਿਆਂ ਕੁੜੀਆਂ ਨੂੰ ਇਹਦੇ ਵਿੱਚ ਕੌਣ ਕੌਣ ਹੋਰ ਸ਼ਾਮਿਲ ਆ ਤੇ ਕਿੱਥੋਂ ਇਹ ਲੈ ਕੇ ਆਉਂਦੇ, ਕਿੱਥੇ ਇਹਨੇ ਅੱਗੇ ਆਪਣਾ ਜਿਹੜਾ ਵੀਜ਼ਾ, ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਪੇਸ਼ ਕਰਾਂਗੇ ਤੇ ਪੂਰਾ ਸਨਮਾਨ ਹਾਸਲ ਕਰਕੇ ਅਗਲੀ ਤਫਤੀਸ਼ਾਂ ਵਿੱਚ ਜਾਵਾਂਗੇ। ਸਰ ਪ੍ਰੋਪਰਟੀ ਕੰਮ ਪ੍ਰੋਪਰਟੀ ਉਹ ਆਈ ਥਿੰਕ ਸ਼ਾਇਦ ਰੈਂਟ 'ਤੇ ਹੈ, ਬਟ ਇਹਨੇ ਉਹਦੇ 'ਤੇ ਪੈਸਾ ਕਾਫੀ ਲਾਇਆ, 35 ਲੱਖ ਰੁਪਈਆ। ਉਹ ਵੀ ਅਸੀਂ ਤਸਦੀਕ ਕਰਾਂਗੇ ਵੀ ਇਹਦੇ ਨਾਂ, ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਜੋ ਵੀ ਇਹਦੇ ਨਾਂ 'ਤੇ ਜਿਹੜੀ ਪ੍ਰੋਪਰਟੀ ਹੋਈ ਡਰੱਗ ਮਨੀ, ਜਿੱਦਾਂ 7 ਲੱਖ ਰੁਪਏ ਤੋਂ ਅਸੀਂ ਕੈਸ਼ ਬਰਾਮਦ ਕੀਤਾ, ਉਹ ਅਸੀਂ ਸਾਰਾ ਜਿਹੜਾ ਹੈਗਾ ਇਹਦੀ ਪ੍ਰੋਪਰਟੀ ਅਟੈਚ ਕਰਾਵਾਂਗੇ। ਤੇ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਜੀ ਵੀ ਜਿਮ ਦੀ ਆੜ 'ਚ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ। ਹਾਂਜੀ, ਇਸ ਤੋਂ ਇਹੀ ਸਾਫ਼ ਹੁੰਦਾ ਵੀ ਜਿਮ ਦੇ ਵਿੱਚ ਤਾਂ ਬੰਦਾ ਪ੍ਰੋਟੀਨ ਜਾਂ ਕੋਈ ਹੋਰ ਜਿਹੜੇ ਜਿੰਨਾ ਸਿਹਤ ਬਣਦੀ ਆ ਉਹ ਦਿੰਦਾ, ਅਤੇ ਇਹਨੇ ਨਵਾਂ ਕੰਮ ਫੜਿਆ। ਦੇਖੋ ਹੀਰੋਇਨ ਨਸ਼ੇ ਦੀਆਂ ਗੋਲੀਆਂ ਉਹ ਵੇਚਣ, ਬੜੀ ਮਾੜੀ ਗੱਲ ਆ, ਮੰਦਭਾਗੀ ਘਟਨਾ ਦੇ ਵਾਸਤੇ ਦੇਖੋ, ਜਦਕਿ ਇਹਨੂੰ ਪਹਿਲਾਂ ਸਬਕ ਸਿੱਖਿਆ ਦੇਖੋ ਜੇਲ੍ਹ 'ਚੋਂ ਆਇਆ ਹੋਇਆ, ਪਰ ਅਸੀਂ ਇਹ ਸਖ਼ਤ ਮਤਲਬ ਮੈਂ ਤਾੜਨਾ ਨਾ ਬਾਕੀ ਲੋਕਾਂ ਨੂੰ ਜਿਹੜੇ ਸੁਣਦੇ ਹੁਣ ਤੁਹਾਡੇ ਮਾਧਿਅਮ ਜਿਹੜੇ ਪ੍ਰੈਸ ਦੇ ਜ਼ਰੀਏ ਵੀ ਨਾਭੇ ਸਾਡੀਆਂ ਦੇ ਵਿੱਚ ਕਿਸੇ ਬੰਦੇ ਨੂੰ ਅਸੀਂ ਕਿਸੇ ਨਹੀਂ ਬਖਸ਼ਦੇ, ਤੁਹਾਨੂੰ ਪਤਾ ਹੀ ਹੈ। ਅਤੇ ਮੈਂ ਫਿਰ ਦੁਬਾਰਾ ਉਹਨੂੰ ਵਾਰਨਿੰਗ ਕਰਦਾ ਵੀ ਇਹ ਆਪਣਾ ਹਟ ਜਾਓ, ਨਹੀਂ ਉਹ ਇਕੱਲੇ ਜੇਲ੍ਹ ਨਹੀਂ ਜਾਣਗੇ, ਉਹਨਾਂ ਦੇ ਮੈਂ ਸਾਰੇ ਘਰ ਬਾਰ ਪ੍ਰੋਪਰਟੀ ਕਾਰ ਮੈਂ ਸਾਰਾ ਉਹਨਾਂ ਦਾ ਅਟੈਚ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਭੇਜੂੰਗਾ। ਸਰ ਨਾਭਾ ਰੋਟੀ ਪੁਲ ਦੇ ਉੱਪਰ ਜਿਹੜਾ ਕਿ ਨਸ਼ੇ ਦਾ ਹੱਬ ਬਣਿਆ ਹੋਇਆ, ਉਹ ਜਿਹੜੇ ਨਸ਼ਾ ਵੇਚਦੇ ਨੇ ਉਹ ਦਿਨ 'ਚ ਤਾਂ ਸਟੈਪ ਹੈ ਤੁਹਾਡਾ, ਕਿਉਂਕਿ ਤੁਸੀਂ ਫਿਰ ਜ਼ਿਆਦਾ ਤੁਹਾਨੂੰ ਨਹੀਂ ਨੌਲੇਜ ਹੈਗੀ, ਉੱਥੇ ਸਾਡੀ ਰੋਟੀ ਚੌਂਕੀ ਹੈ ਸਦਰ ਨੇ ਬਕਾਇਦਾ, ਅਸੀਂ ਉੱਥੇ ਪ੍ਰੋਪਰ ਨਾਕਾਬੰਦੀ ਕਰਦੇ 24 ਆਵਰ ਦੀ, ਈਵਨ ਕਿ ਅਸੀਂ CCTV ਕੈਮਰੇ ਲਿਆ ਹੋਏ ਹਾਂ। ਜਿੱਦਾਂ ਪਹਿਲਾਂ ਅੱਜ ਤੋਂ ਸੁਣਦੇ ਸੀ ਵੀ ਬਾਹਰ ਮੰਜੀਆਂ 'ਤੇ ਜਾਂ ਕੁਰਸੀ 'ਤੇ ਬਹਿ ਕੇ ਉਹ ਸਪਲਾਈ ਕਰਦੇ ਸੀ, ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ। ਜੇ ਹਾਂ ਕੋਈ ਤੁਹਾਡੇ ਨੋਟਸ 'ਚੋਂ ਤਾਂ ਸਾਡੇ ਚੌਂਕੀ ਜਾਂ ਉੱਥੇ ਮੌਕੇ 'ਤੇ ਬੈਠੇ ਹਾਂ SHO ਸਾਹਿਬ ਨੇ ਮੇਰੇ ਨੋਟਸ ਲਿਆ ਸਕਦੇ, ਪਰ ਅਸੀਂ ਨਸ਼ਾ ਵਗੈਰਾ ਕਿਸੇ ਹੱਦ 'ਤੇ ਨਹੀਂ ਵਿਕਦਾ। ਓਕੇ, ਥੈਂਕ ਯੂ।